ਜਦੋਂ ਆਪ ਦੇ ਨੂਰ ਨੂੰ ਦੋ ਮਾਂ ਹੋਏ ਮਾਂ ਦੇ ਬਤਨ ਵਿੱਚ ਤਸ਼ਰੀਫ ਲਿਆਇਆ ਤੇ ਆਪ ਦੇ ਵਾਲਦੇ ਮੁਹਤਰਮ ਦਾ ਵਿਸਾਲ ਹੋ ਗਿਆ। ਦੁਨੀਆ ਤੋਂ ਪਰਦਾ ਫਰਮਾ ਗਏ ਆਕਾ ਦੋ ਆਲਮ ਅਲੀ ਸਲਾਤੂ ਸਲਾਮ ਦੇ ਗੁਲਾਮੋ ਆਖਰੀ ਲਮਹਾਤ ਵੱਲ ਜਾ ਰਹੀਆਂ ਪਰਦਾ ਫਰਮਾ ਗਏ। ਇਧਰ ਹਜ਼ਰਤ ਅਬਦੁਲ ਮੁਤਲਬ ਪੁੱਤਰ ਤੇ ਨੌ ਹੋਰ ਮੌਜੂਦ ਨੇ ਪਰ ਹਰ ਵੇਲੇ ਉਸ ਪੁੱਤਰ ਦੀ ਸਦਰ ਸਿੱਖ ਜੁਦਾਈ ਕਾਬੇ ਵਿੱਚ ਆਪ ਖਲੋ ਕੇ ਅਕਸਰ ਦੁਆਵਾਂ ਮੰਗਦੇ ਨੇ। ਇੱਕ ਦਿਨ ਬੈਤੁੱਲਾ ਦੀ ਮੁਹਾਟ ਫੜ ਲਈ ਅਰਧ ਕੀਤਾ ਨੀਲੀ ਛੱਤ ਦੇ ਆ ਵਾਰਸਾ ਜਿਹੜਾ ਹਸੀਨੋ ਜਮੀਲ ਪੁੱਤਰ ਸੀ ਉਹ ਤੇ ਲੈ ਲਿਆਈ। ਮੇਰੇ ਮਾਲਿਕ ਮੇਰੀ ਨੂੰ ਆਮਿਨਾ ਨੂੰ ਇਹੋ ਜਿਹਾ ਪੁੱਤਰ ਆ ਤਾਂ ਫਰਮਾ ਜਿਹਦੇ ਆਉਣ ਨਾਲ ਮੇਰੀ ਆਮਿਨਾ ਦਾ ਦਿਲ ਵੀ ਠੰਡਾ ਹੋ ਜਾਏ ਮੇਰਾ ਦਿਲ ਵੀ ਠੰਡਾ ਹੋ ਜਾਏ। ਹੱਥ ਫੇਕੇ ਵਿੱਚੋਂ ਆਵਾਜ਼ ਆਈ ਅਬਦੁਲ ਮੁਤਲਬ ਨਾ ਰੋ ਨਾ ਪਰੇਸ਼ਾਨ ਹੋ ਤੂੰ ਤੇ ਦੋਵਾਂ ਦਿਲਾਂ ਦਾ ਸਕੂਨ ਮੰਗਣਾ ਏ ਅਸਾਂ ਆਮਿਨਾ ਨੂੰ ਇਹੋ ਜਿਹਾ ਪੁੱਤਰ ਅਤਾ ਕਰਾਂਗੇ ਜਿਹਦੇ ਨਾਮ ਦੀ ਮੀਮ ਵਿੱਚ ਦੋਵਾਂ ਜਹਾਨਾਂ ਦਾ ਸਕੂਨ ਹੋਵੇਗਾ। ਜ਼ਰਾ ਤਵੱਜੋ ਕਰੀ ਹੁਣ ਇੱਧਰ ਦਾਦਾ ਦੁਆਵਾਂ ਮੰਗਦਾ ਇੱਧਰ ਅੰਮਾ ਮੇਰੇ ਆਕਾ ਦੀ ਵਾਲਦਾ ਮੁਹਤਰਮਾ ਕਦੀ ਇਸ ਨੁਕਰੇ ਕਦੀ ਉਸ ਨੁਕਰੇ। ਜ਼ਰਾ ਤਵੱਜੋ ਤੇ ਕਰੀ ਐਸੀ ਖਤੂਨ ਹੋਵੇ ਸਿਰ ਤੇ ਜਵਾਨੀ ਹੋਵੇ ਜ਼ਿੰਦਗੀ ਦਾ ਸਾਇਆ ਮੇਰੇ ਆਕਾ ਦੇ ਗੁਲਾਮੋ ਜ਼ਿੰਦਗੀ ਦਾ ਸਾਥੀ ਚਲਾ ਜਾਏ ਮੇਰੇ ਆਕਾ ਦੇ ਗੁਲਾਮੋ ਸਿਰ ਦਾ ਤਾਜ ਚਲਾ ਜਾਏ ਫਿਰ ਵਿਹੜੇ ਵਿੱਚ ਕੋਈ ਮਾਂ ਆਖਣ ਵਾਲਾ ਵੀ ਨਾ ਹੋਵੇ। ਜ਼ਰਾ ਤਵੱਜੋ ਕਰੀ ਕੈਸੇ ਦਿਨ ਗੁਜ਼ਰਦੇ ਨੇ ਜ਼ਰਾ ਤਸੱਵਰ ਦੀ ਦੁਨੀਆ ਵਿੱਚ ਜਾ ਕੇ ਗੱਲ ਸੁਣ ਕੈਸੇ ਦਿਨ ਗੁਜ਼ਰਦੇ ਨੇ। ਹੁਣ ਮੇਰੇ ਆਕਾ ਦੀ ਵਾਲਦਾ ਮੁਹਤਰਮਾ ਕਦੀ ਇਸ ਨੁਕਰੇ ਕਦੀ ਉਸ ਨੁਕਰੇ ਆਪ ਵੀ ਰੋਂਦੀਆਂ ਨੇ ਮੀਆਂ ਸਾਹਿਬ ਅਰਫੇ ਖੜੀ ਫਰਮਾਉਂਦੇ ਨੇ ਲੱਗੀਆਂ ਵਾਲੇ ਕਦੀ ਚੁੱਪ ਨਹੀਂ ਜੇ ਕਰ ਭਾਵੇਂ ਦਈਏ ਲੱਖ ਦਿਲਾਸੇ ਟੁਰ ਜਾਵਲ ਮਹਿਬੂਬ ਜਨਾਦੇ ਤੇ ਉਹ ਜਾਵਣ ਕਿਹੜੇ ਪਾਸੇ। ਆ ਫਰਮਾਉਂਦੀਆਂ ਨੇ ਇਹ ਵੀ ਸਦਮਾ ਫਿਰ ਪਹਿਲੇ ਮਹੀਨੇ ਮੈਨੂੰ ਦਰਾਜ਼ ਕੱਦ ਬਾਬੇ ਦੀ ਜ਼ਿਆਰਤ ਹੋਈ ਮੇਰੇ ਸਿਰ ਤੇ ਹੱਥ ਰੱਖਿਆ ਆਮਿਨਾ ਤੈਨੂੰ ਮੁਬਾਰਕ ਹੋਵੇ। ਮੈਂ ਪੁੱਛਨੀ ਆ ਬਾਬਾ ਜੀ ਤੁਸੀਂ ਕੌਣ ਹੋ ਕਾਦੀ ਮੁਬਾਰਕ ਦੇਣ ਆਏ ਹੋ। ਫਰਮਾਇਆ ਨੀ ਧੀਏ ਮੇਰਾ ਨਾਂ ਆਦਮ ਅਲੈ ਸਲਾਮ ਏ ਮੈਂ ਅਬੂਲ ਬਸ਼ਾਰਾ ਮੇਰਾ ਨਾਂ ਆਦਮ ਅਲੈ ਸਲਾਮ ਏ ਮੈਂ ਖੁਸ਼ਖਬਰੀ ਦੇਣ ਆਇਆ ਨੀ ਧੀਏ ਤੂੰ ਰਸੂਲਾਂ ਦੇ ਸਰਦਾਰ ਦੀ ਮਾਂ ਬਣਨ ਵਾਲੀ ਏ। ਹਰ ਮਹੀਨੇ ਫਰਮਾਉਂਦੀਆਂ ਨੇ ਮੈਨੂੰ ਜ਼ਿਆਰਤਾਂ ਮੁਬਾਰਕਾਂ ਤੇ ਆਪ ਫਰਮਾਉਂਦੀਆਂ ਨੇ ਮੇਰੇ ਵਜੂਦ ਵਿੱਚੋਂ ਖੁਸ਼ਬੂਆਂ ਆਉਂਦੀਆਂ ਨੇ। ਹੁਣ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਗੱਲ ਤੇ ਮੈਂ ਅੱਗੇ ਵੀ ਕਰਦਾ ਲੇਕਿਨ ਸਾਹਬੋ ਸੈਯਦਾ ਫਰਮਾਉਂਦੀਆਂ ਨੇ ਹਰ ਮਹੀਨੇ ਮੈਨੂੰ ਨਬੀਆਂ ਦੀਆਂ ਜ਼ਿਆਰਤਾਂ ਹੁੰਦੀਆਂ ਨੇ ਤੇ ਖੁਸ਼ਬੂ ਵਜੂਦ ਵਿੱਚੋਂ ਆਉਂਦੀ ਏ। ਇੱਕ ਦਿਨ ਬਾਬਾ ਜੀ ਹਜ਼ਰਤ ਅਬਦੁਲ ਮੁਤਲਬ ਫਰਮਾਨ ਲੱਗੇ ਬੇਟੀ ਆਮਿਨਾ ਮੈਨੂੰ ਬੀਬੀਆਂ ਕਹਿੰਦੀਆਂ ਨੇ ਕਿ ਆਮਿਨਾ ਦੇ ਸਿਰ ਦਾ ਤਾਜ ਚਲਾ ਗਿਆ ਤੇ ਜਿਹਦਾ ਖਾਮਦ ਫੌਤ ਹੋ ਜਾਏ ਜਵਾਨੀ ਦੀ ਹਾਲਤ ਚ ਇਹ ਖੁਸ਼ਬੂਆਂ ਇਤਰ ਲਗਾਉਣੇ ਅੱਛੀ ਗੱਲ ਨਹੀਂ ਤੇ ਬੇਟੀ ਬੀਬੀਆਂ ਕਹਿੰਦੀਆਂ ਨੇ ਬਾਬਾ ਜੀ ਆਪਣੀ ਬਹੂ ਆਪਣੀ ਨੂੰ ਆਮਿਨਾ ਨੂੰ ਕਵੋ ਇਤਰ ਨਾ ਲਗਾਇਆ ਕਰੇ। ਅਰਦ ਕੀਤਾ ਬਾਬਾ ਮੈਂ ਕਦੀ ਅਤਰ ਨਹੀਂ ਲਗਾਇਆ ਮੈਂ ਕਦੀ ਖੁਸ਼ਬੂ ਮੈਂ ਕਦੀ ਖੁਸ਼ਬੂ ਨਹੀਂ ਲਗਾਈ। ਬਾਬਾ ਜੀ ਤੁਸਾਂ ਆਪ ਮੈਨੂੰ ਦੱਸਿਆ ਤੁਸਾਂ ਵੀ ਗੱਲ ਸੁਣਾਈ ਸੁਣਾ ਦਿਆਂ ਗੱਲ ਸੁਭਾਨ ਅੱਲਾ ਬੜੀ ਢਿੱਲੀ ਹੈ ਅਜੁਮਾ ਤੇ ਮੈਂ ਹੀ ਪੜ੍ਹਾਉਣਾ ਪਰੇਸ਼ਾਨੀ ਕਿਉਂ ਲਈ।
अल्लाह नहीं जी असें पौने दो बजे करने हैं, लेकिन चलो अज फिर तुसी तशरीफ ले आए हो तो अभी आख्या जरा तवज्जो करे अज किथे समय आप फरमांदियां ने अर्ज कर दियां ने बाबा जी तुसा गल सुनाई सी। फरमाया बेटी की गल आपने एक दिन गल सुनाई कि मैं हतीमे काबा विच लेटियां। किथे लेटियां? कौन कहिंदे ने? हुजूर दे दादा जान। आप फरमांदे ने मैं हतीमे काबा विच लेटियां ते मैं जदों उठिया मैं की वेखिया मेरियां अखां विच सुरमा भी पिया होया है। कहंदे ने मेरियां जुल्फां नूं तेल भी लग्या होया, मेरियां अखां विच सुरमा भी पिया होया, मेरियां जुल्फां नूं तेल लग्या होया, कंगी होई है मेरे वजूद विचों खुशबूआं आ रहियां ने। फरमांदे ने मैं हैरान हो गया, हाथ फेके बीचों मेरे कन्ना विच आवाज पई अब्दुल मुतलब जी परेशान ना होवो हैरान ना होवो, ये तुहाडे नाल एवें नहीं होया, तुसी नूरे मुस्तफा दे अमीन जे आखरु जमान नबी दे तुसी दादा जानो। हुजूर ये तुसा खुद गल सुनाई, जे दादे दियां अखां विच सुरमा पै गया, जे दादे दियां जुल्फां ते तेल लग गया, ते दादे कोलो मुश्क अंबर ते कस्तूरी दियां खुशबूआं आउण लग पईआं। अब्बा जी ते मैं ते आम ना होवां जिन्हें जग दे सरदार नूं जन्म देना है। मैं कदी अतर नहीं लाया, मैं कदी खुशबू नहीं लगाई, मैं कदी मुश्क अंबर नहीं लगाया, हुजूर मेरे वजूद विचों आपे ही खुशबूआं आउंदियां ने, वजूद विचों खुशबूआं। और नबियां दी तरफों खुशखबरियां के आउण वाला रसूलां दा सरदार है। हुण टाइम ते होया ही है, पर एक गल तुहानूं सुणावां, ये तो नबियां आन के खुशखबरियां दित्तियां ना, फिर एक भी मंजर आया, सरकार बैठे ने सहाबा भी कोल हजूर दे बैठ के टिक टिकी लगा के सरकार दा चेहरा वेख। एक यहूदी आया, उन्हें ना बगल विच थैला लिया एक तोड़ा, ते आके आखन लगा ए मुहम्मद मक्की सल्लम दसो इस थैले विच की है, इस थैले विच की है? तेरे ते मेरे करीम आका ने फरमाया ए गो है ते मरी है। आपने फरमाया है गो है ते मोई है, गो है ते मोई है। उन्हें थैला उठेल दिता, थैला पलटिया ते गो हुजूर दे सामने रख दिती। आखन लगा जे अल्लाह दा रसूल है सोने इनू जिंदा कर, मैं ईमान ले आवांगा। हुण सरकार ने इशारा उंगली दा चुकिया, दीवानियो गो जिंदा हो गई, गो टुरन लग पई। उन्हें ध्यान नजरां दीवानियो उतानू कीतियां या समान वल्ले, अर्द कीता या अल्लाह तेरी जिंदगी दित्ती नाल मैं मर गई सां, हुण जिंदगी तेरे यार दित्ती है, हुण जिंदगी तेरे यार अता कीती है, मैनू जुबान दे कुवत गोयाई दे, मैं तेरे महबूब दी नात पढ़ लवां, तेरे महबूब दी नात सुनावां। हुण गो नू जुबान मिली ते गो जुबान हाल विचों बोल के आंदी है, सोनिया सैयद अल मुरसलीन, सोनिया तू सिर्फ रसूल ही नहीं रसूलां दा सरदार है, तू सिर्फ रसूल ही नहीं रसूलां दा रसूलां दा सरदार है। गो नात पढ़न लग पई, यहूदी हुजूर दा कलमा पढ़न लग पिया, गो भी आंदी है रसूलां दा सरदार है, नबी भी आंदे ने आमिना तेनू मुबारक होवे, तेरे घर आउण वाला नबियां दा सुल्तान है,
रसूलां दा सरदार है। साहबो इंशाल्लाह अज़ीज आइंदा जुमे नूं इस तो अगे चलांगे पिछे नहीं, उस तो अगले जुमे नूं उस तो अगे चलांगे पिछे नहीं, तरतीब वाइज इंशाल्लाह कोशिश करांगे सरकार दा जिक्र खैर कीता जाए, क्योंकि जिक्र ते हुजूर दा कोई किसे कलम विच जुर्रत नहीं सरकार दा जिक्र कर सके। तो साहबो किसे इंसान विच जुर्रत नहीं, कोई ऐसी रब कायनात विच जुबान ही पैदा नहीं कीती जिहड़ी जमाले मुस्तफा दा हाथा कर सके। तो इंशाअल्लाह अज़ीज़ सरकार दा जिक्र तज़किरा चलदा रहेगा, माहे नूर शरीफ दियां रौनकां एदे बरकात अल्लाह ताला हासिल करने दी सबनू तौफीक रहमत फरमाए। वमा अलैया इल्लल बलागुल मुबीन। सुनता पढ़ लो।